ਵਾਲੇਕੁਮ। ਵਾਲੇਕੁਮ ਸਲਾਮ। ਮਾਰਕੀਟ ਕੀ ਕਰਨ ਆਏ ਬਾਬਾ ਜੀ? ਮੈਂ ਖਲੋਣੇ ਸੇਲ ਕਰਦਾ ਹਾਂ। ਖਲੋਣਾ? ਅੱਛਾ ਖਲੋਣੇ ਇੱਧਰ ਦੇਖਣ ਦੇ। ਮੈਂ ਕਿਹਾ ਤੁਹਾਡਾ ਕੋਈ ਖਲੋਣਾ ਵਾ? ਉੱਥੇ ਪਏ ਨੇ ਬਥੇਰੇ ਬੇਸ਼ੁਮਾਰ ਖਲੋਣੇ ਪਏ ਨੇ ਬੇਟੇ, ਉਹ ਸਾਹਮਣੇ ਲਾਏ ਨੇ। ਉੱਥੇ ਸਾਹਮਣੇ ਲਾਏ? ਸਾਲ ਹੋ ਗਏ ਨੇ। 45 ਸਾਲ ਹੋ? ਹਾਂਜੀ। ਤੁਹਾਡੀ ਉਮਰ ਕਿੰਨੀ ਆ? ਹੈਂ? ਤੁਹਾਡੀ ਉਮਰ ਕਿੰਨੀ ਆ? ਮੇਰੀ 75 ਸਾਲ। 75 ਸਾਲ ਤੇ ਬਾਬਾ ਜੀ ਵਿਆਹ ਇੱਕੋ ਹੀ ਕਰਾਇਆ ਜ਼ਿੰਦਗੀ 'ਚ? ਵਿਆਹ ਇੱਕੋ ਹੀ ਕਰਾਇਆ, ਦੂਜਾ ਕਿਉਂ ਨਹੀਂ ਕਰਾਇਆ? ਓਏ ਸੋਇਆ ਤੋਂ ਨਹੀਂ ਕਰਾਇਆ, ਤੇ ਮਹਿੰਗਾਈ ਬੜੀ ਬਹੁਤ ਜ਼ਿਆਦੀ। ਬਾਬਾ ਜੀ ਮਹਿੰਗਾਈ ਨਾ ਹੁੰਦੀ ਫੇਰ ਦੂਜਾ ਕਰਾ ਲੈਣਾ ਸੀ। ਹੁਣ ਜੇ ਮਹਿੰਗਾਈ ਖਤਮ ਹੋਈਏ ਤੇ ਇਸ ਉਮਰੇ ਕਰਾ ਲੂੰਗੇ ਦੂਜਾ? ਬਿਲਕੁਲ, ਅੱਲਾ ਦੇ ਹੁਕਮ ਨਾਲ। ਸਹੀ ਗੱਲ ਹੈ, ਦਿਲ ਹੋਣਾ ਚਾਹੀਦਾ ਜਵਾਨ, ਤੇ ਉਮਰਾਂ 'ਚ ਕੀ ਰੱਖਿਆ? ਦਿਲ ਜਵਾਨ ਆ? ਹਾਂ ਦਿਲ ਜਵਾਨ ਹੈ, ਸ਼ੁਕਰ ਹੈ ਅੱਲਾ ਦਾ। ਅੱਛਾ ਤੇ ਕਿਵੇਂ ਦੀ ਕੁੜੀ ਚਾਹੀਦੀ ਤੁਹਾਨੂੰ? ਉਹ ਕੁੜੀ ਤੇ ਆ ਗਈ ਜਿਹੜੀ ਆਣੀ ਸੀ। ਨਹੀਂ ਹੁਣ ਅਗਰ ਦੂਜਾ ਵਿਆਹ ਕਰਾਉਣ ਦਾ ਮੌਕਾ ਮਿਲੇ ਤੇ ਕਿਹੋ ਜਿਹੀ ਬੁੱਢੀ ਹੋਵੇ? ਉਹ ਪੜ੍ਹੀ ਲਿਖੀ ਹੋਵੇ। ਇੰਗਲਿਸ਼ ਸੁਣਨੀ ਆ? ਆ ਬਿਲਕੁਲ, ਮੈਂ ਚਿੱਟਾ ਨੁਮਾਰਾ ਹਾਂ ਤੇ ਫੇਰ ਹੀ ਗੱਲ ਬਣੇਗੀ ਨਾ। ਉਹਦੀ ਦਿਖਣ 'ਚ ਚਿੱਟਾ ਰੰਗ ਹੋਵੇ, ਲੰਬੇ ਬਾਲ ਹੈ, ਇਸ ਤਰ੍ਹਾਂ ਦਾ ਕੋਈ? ਨਹੀਂ ਜਵਾਨ ਹੋਵੇ, ਫੁੱਲ ਪਤਾ ਲੱਗੇ ਬੁੱਢੀ ਆਈ। ਬਾਬਾ ਜੀ ਗੋਦ ਲੈਣੀ ਆ? ਗੋਦ ਨਹੀਂ ਲੈਣੀ, ਇਹ ਵੈਸੀ ਐਸੀ ਕੋਈ ਗੱਲ ਨਹੀਂ, ਇਹ ਫਾਲਾ ਹੀ ਜਿਹੜਾ ਹੁੰਦਾ ਤੇ ਮੈਂ ਤੇ ਬਿਲਕੁਲ ਫਿੱਟ ਸਾਂ ਅੱਲਾ ਦੇ ਹੁਕਮ ਨਾਲ। ਸਲਵਾਰ ਕਮੀਜ਼ ਨੂੰ ਪੰਜਾਬੀ ਚ ਕੀ ਕਹਿੰਦੇ? ਸਲਵਾਰ ਕਮੀਜ਼, ਸਲਵਾਰ ਕਮੀਜ਼ ਕਹਿੰਦੇ ਨੇ ਪੰਜਾਬੀ ਚ, ਸਲਵਾਰ ਕਮੀਜ਼ ਨੀ ਕਹਿੰਦੇ? ਸਲਵਾਰ ਕਮੀਜ਼ ਕਹਿੰਦੇ ਨੇ ਭਾਈ, ਸਲਵਾਰ ਕਮੀਜ਼। ਬਾਬਾ ਜੀ ਪੰਜਾਬੀ ਚ ਇਹੋ ਹੀ ਕਹਿੰਦੇ ਸਲਵਾਰ ਕਮੀਜ਼, ਕੁਰਤਾ 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 ਸਲਵਾਰ ਕਹਿ ਦਿਓ। ਅੱਛਾ ਮੈਨੂੰ ਇਹ ਦੱਸੋ, ਜਿੰਨਾ ਵਿਆਹ ਕਰਾਣਾ ਕੀ ਪਤਾ ਤੁਹਾਨੂੰ ਕੋਈ ਪਸੰਦ ਕਰ ਲਵੇ, ਉਹਦੀ ਉਮਰ ਕੀ ਹੋਣੀ ਚਾਹੀਦੀ ਹੈ? ਹੈ ਉਹਦੀ ਉਮਰ ਕੋਈ 35 ਸਾਲ ਹੋਣੀ ਚਾਹੀਦੀ। 35 ਸਾਲ? ਵਾਹ, ਜ਼ੇਨ ਤੇ ਤੁਸੀਂ ਪਹਿਲਾਂ ਹੀ ਬਣਾਇਆ ਵਾ, ਮਹਿੰਗਾਈ ਦਾ ਤੇ ਬਹਾਨਾ ਵਾ। ਨਹੀਂ ਮੈਂ ਖਲੋਣੇ ਸੇਲ ਕਰਦਾ ਹੋਇਆ ਸੀ, ਕੋਈ ਬਾਤ ਨਹੀਂ, 2-4 ਹਜ਼ਾਰ ਰੁਪਇਆ ਵੱਟ ਕੇ ਲੈ ਕੇ ਜਾਂਦਾ ਵਾ। ਵਾਹ ਫੇਰ ਤੇ ਤੁਸੀਂ ਅਮੀਰ ਹੋ। ਮੈਂ ਉਹਨੂੰ ਖੁਸ਼ ਰੱਖਣਾ ਵਾ, ਬੱਚਿਆਂ ਨੂੰ ਵੀ ਖੁਸ਼ ਰੱਖਣਾ, ਬੇਟੀਆਂ ਨੂੰ ਵੀ ਖੁਸ਼ ਰੱਖਣਾ, ਅੱਲਾ ਦੇ ਹੁਕਮ ਨਾਲ। ਜੀ ਨੂੰ ਵੀ ਖੁਸ਼ ਹੀ ਰੱਖੂਗੇ ਦੇਖਿਓ। ਹਾਂਜੀ ਅੱਲਾ ਦੇ ਹੁਕਮ ਨਾਲ ਖੁਸ਼ ਰੱਖਾਂਗੇ, ਕਿਉਂ ਨਹੀਂ ਰੱਖਾਂਗੇ। ਤੇ ਤੁਹਾਡੀ ਪਹਿਲੀ ਬੇਗਮ ਇਜਾਜ਼ਤ ਦੇਗੀ? ਦੇ ਦੇਵੇ ਤੇ ਉਹਦੀ ਮਿਹਰਬਾਨੀ ਹੈ, ਨਾ ਦਿੱਤੀ ਤੇ ਫਿਰ ਬਾਹਰ ਹੀ ਰੱਖ ਲਾਂਗੇ। ਚੋਰੀ 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 ਸਾਰੀ ਦੁਨੀਆ ਰੱਖਦੀ ਫਿਰਦੀ, ਮੈਂ ਰੱਖ ਲਾਂਗੇ ਤੇ ਫਿਰ ਕੀ? ਬਾਬਾ ਜੀ ਪਿਆਰ ਕੀਆ ਤੋ ਡਰਨਾ ਕਿਆ? ਐਸੀ ਕੋਈ ਬਾਤ ਨਹੀਂ, ਜਿਹੜਾ ਡਰ ਗਿਆ ਤੇ ਉਹ ਮਰ ਗਿਆ। ਐਂਜੀ ਨਹੀਂ ਡਰਨਾ ਨਹੀਂ ਚਾਹੀਦਾ, ਡਰਨਾ ਨਹੀਂ ਚਾਹੀਦਾ ਕਿਸੇ ਤੋਂ, ਬਸ ਰੱਬ ਤੋਂ ਡਰਨਾ ਚਾਹੀਦਾ। ਕਦੀ ਕੋਈ ਪਸੰਦ ਆਈ ਤੁਹਾਨੂੰ? ਬੜੀ ਸੋਹਣੀ ਆਈ, ਕਰਾਚੀ ਸੀ, 7 ਸਾਲ ਗੁਜ਼ਾਰ ਕੇ ਆਇਆ ਕਰਾਚੀ। ਉਹਦੇ ਚੱਕਰਾਂ 'ਚ? ਹਾਂ ਉਹਦੇ ਚੱਕਰਾਂ 'ਚ। ਕਿਉਂ ਨਹੀਂ ਵਿਆਹ ਕਰਾਇਆ, ਕਰਾ ਲੈਂਦੇ ਫਿਰ? ਉਹ ਕਹਿੰਦੀ ਘਰ ਜੋ ਆਈ, ਮੈਂ ਕਿਹਾ ਜੀ ਘਰ ਜੋ ਆਈ ਮੈਂ ਨਹੀਂ ਰਹਿ, ਮੈਂ ਨਹੀਂ ਰਹਿ ਸਕਦਾ। ਹੋਰ ਕੀ ਚਾਹੀਦਾ ਸੀ? ਲੈ ਮੈਂ ਨੌਕਰ ਬਣ ਕੇ ਰਹਿੰਦਾ, ਸੌਦਾ ਹੀ ਢੋਂਦਾ ਰਹਿੰਦਾ ਉਹਨਾਂ ਦੇ, ਇਹ ਸੀ ਘਰ ਤੱਕ ਦਾ ਇਹ ਕੰਮ। ਹੁਣ ਲਾਹੌਰ ਦੀ ਕੁੜੀ ਅਗਰ ਕੋਈ ਮਿਲੇਗੀ ਕਰੋਗੇ ਵਿਆਹ? ਸੌ ਬਿਸਮਿਲਾ, ਐਡੀ ਕਿਹੜੀ ਗੱਲ ਹੈ, ਇੱਥੇ ਬੜੀਆਂ ਇਹ ਤੇ ਫਲ ਹੀ ਨਾ ਹੁੰਦਾ, ਤੇ ਮੈਂ ਹੁਣ ਮਾਰ ਬੈਠਾ ਸਾ ਦੂਜਾ ਵੀ ਹੱਥ, ਕੋਈ ਦੂਜਾ ਵੀ ਹੱਥ ਮਾਰ। ਕੋਈ ਗੱਲ ਨਹੀਂ ਬਾਬਾ ਜੀ, ਤੁਸੀਂ ਕਿਹੜਾ ਤਾੜੀਆਂ ਵਜਾਣੀਆਂ ਵਾ, ਖੈਰ ਇੱਕ ਹੱਥ ਨਹੀਂ ਕੰਮ ਕਰਦਾ। ਕੋਈ ਗੱਲ ਨਹੀਂ, ਆ ਇੱਕ ਤੇ ਠੀਕ ਹੈ, ਇਹ ਸ਼ੁਕਰ ਜੀ ਖੈਰ ਆ, ਨਹੀਂ ਖੈਰ ਕਿਉਂ, ਉਹਨੂੰ ਵੀ ਠੀਕ ਕੀਤਾ। ਕੋਈ ਸ਼ੇਰ ਆਂਦਾ ਬਾਬਾ ਜੀ? ਹਾਂਜੀ ਸ਼ੇਰ ਆਂਦਾ,
ਚਿੜੀ ਉੱਡ ਗਈ ਲੋਕਾਂ ਤੋਂ, ਉਹਨਾਂ ਨਾਲ ਕੀ ਆਣੀ ਕੀ ਲਾਣੀ ਜਿਹੜੇ ਡਰਦੇ ਨੇ ਲੋਕਾਂ ਤੋਂ। ਬਹੁਤ ਸ਼ੁਕਰੀਆ ਬਾਬਾ ਜੀ, ਬਹੁਤ ਸ਼ੁਕਰੀਆ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਕਰਨ ਆਏ ਵੀਰੇ ਮਾਰਕੀਟ? ਬਸ ਵੈਸੇ ਗੁਜ਼ਰ ਰਹੇ ਸਨ, ਵੈਸੇ ਆਏ। ਰੁਕ ਕਿਉਂ ਗਏ, ਗੁਜ਼ਰ ਜਾਂਦੇ ਫਿਰ? ਵੈਸੇ ਰੁਕ ਕੇ ਕੈਮਰਨ ਦੇਖਦੇ। ਅੱਛਾ, ਕੰਮ ਕੀ ਕਰਦੇ ਹੋ? ਕੰਮ ਕੋਈ ਮਿਲ ਜਾ ਕਰ ਲੈਣਾ। ਕਿਹੜੇ ਸ਼ਹਿਰ ਦੇ ਹੋ? ਸ਼ਹਿਰ ਪਾਕ ਪਤਨ। ਇੱਥੇ ਕੰਮ ਕਰਨ ਆਏ? ਹਾਂਜੀ। ਅੱਛਾ, ਵਿਆਹ ਹੋ ਗਿਆ ਵੀਰੇ ਦਾ? ਹਾਂਜੀ ਹੋ ਗਿਆ। ਕਿੰਨੇ ਨਿਆਣੇ? ਇੱਕ ਬੇਟਾ। ਇੱਕ? ਅੱਛਾ, ਕਿੰਨੇ ਸਾਲ ਹੋਏ ਵਿਆਹ ਨੂੰ? ਵਿਆਹ 2 ਸਾਲ। ਸਾਲ ਬੁੱਢੀ ਤਾਨੇ ਨਹੀਂ ਦਿੰਦੀ? ਕਹਿ ਲੈ ਨਾ ਚੇਅਰ ਨਹੀਂ ਹੋਈ ਤੇ ਲੋਰ ਜਾ ਕੇ ਕਰਦੇ ਕੀ ਆ ਤੁਸੀਂ? ਕਿਹੜੇ ਚੱਕਰਾਂ 'ਚ ਪਏ? ਬੁੜੇ ਤਾਨੇ ਦਿੰਦੇ ਆ, ਬੁੜੇ ਦਾ ਕੋਈ ਰੋਣਾ ਨਹੀਂ, ਬੁੜੇ ਸਾਰੇ ਤਾਨੇ ਦਿੰਦੇ ਆ ਵੀ ਸ਼ਹਿਰ 'ਚ ਨਾ ਦੂਰ ਰਹਿੰਦੇ ਹੋ। ਉਹ ਭਾਰ ਨਹੀਂ ਤਾਨਿਆਂ ਦਾ? ਕੋਈ ਭਾਰ ਨਹੀਂ, ਕੰਮ ਕਰਨਾ ਬਸ। ਕੰਮ ਕਰਨਾ ਵਾ ਬਸ। ਚਲੋ ਮੇਰਾ ਇੱਕ ਸਵਾਲ ਦੇਣਾ ਜਵਾਬ, ਤੁਸੀਂ ਦੱਸਣਾ ਵਾ ਕਿ ਪੰਜਾਬੀ 'ਚ ਸ਼ਲਵਾਰ ਕਮੀਜ਼ ਨੂੰ ਕੀ ਕਹਿੰਦੇ? ਸ਼ਲਵਾਰ ਨੂੰ ਪੰਜਾਬੀ ਸੁੱਤਣ ਜਗ੍ਹਾ ਵੀ ਕਹਿ ਰਹਿੰਦੇ ਨੇ, ਸ਼ਲਵਾਰ ਕਮੀਜ਼ ਵੀ ਕਹਿ ਰਹਿੰਦੇ ਨੇ, ਕੈਸੀ ਵੀ। ਅੱਛਾ, ਕੋਈ ਤੁਹਾਨੂੰ ਸ਼ੇਰ ਸ਼ਾਇਰੀ ਆਉਂਦੀ ਹੈ ਗਾਣਾ? ਕੋਈ ਸ਼ੇਰ ਨਹੀਂ ਯਾਦ ਕੀਤਾ? ਯਾ ਲਵ ਮੈਰਿਜ ਨਹੀਂ? ਨਹੀਂ ਜੀ। ਜਿਨ੍ਹਾਂ ਨੇ ਲਵ ਕੀਤਾ ਹੁੰਦਾ ਨਾ, ਯਾ ਤੇ ਹੁੰਦੇ ਆ ਟੁੱਟੇ ਹੋਏ ਆਸ਼ਿਕ, ਉਹਨਾਂ ਨੂੰ ਹੀ ਬਸ ਸ਼ੇਰੋ ਸ਼ਾਇਰੀ ਆਉਂਦੀ, ਬਾਕੀਆਂ ਨੂੰ ਸ਼ੇਰੋ ਸ਼ਾਇਰੀ ਨਹੀਂ ਆਉਂਦੀ, ਨਾ ਦੂਰ ਦੂਰ ਤੱਕ ਲੈਣਾ ਦੇਣਾ ਹੁੰਦਾ। ਬਹੁਤ ਸ਼ੁਕਰੀਆ ਵੀਰੇ, ਵਧੀਆ ਹੋ ਗਿਆ ਜੀ। ਰਾਜੇ ਵਕਤ ਹੋ ਗਿਆ ਨਿੱਕੀ ਜੀ ਬ੍ਰੇਕ ਦਾ, ਤੁਸੀਂ ਕਿਤੇ ਨਹੀਂ ਜਾਣਾ, ਚੈਨਲ ਨਹੀਂ ਬਦਲਣਾ, ਮੈਂ ਜਲਦੀ ਵਾਪਸ ਆਉਂਗੀ। ਨਾਜ਼ਰੀਨ, ਬ੍ਰੇਕ ਤੋਂ ਵਾਪਿਸ ਆ ਚੁੱਕੇ ਹਾਂ ਤੇ ਗੱਲਬਾਤ ਕਰਦੇ ਹਾਂ ਇਹਨਾਂ ਨਾਲ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਕੀ ਕਰਨ ਆਏ ਤੁਸੀਂ ਇੱਥੇ? ਕੰਮ ਕਰਨ ਆਏ। ਕੀ ਰਾ? ਕੱਪੜੇ ਦਾ, ਹੋਰ ਕਾਹਦਾ ਕਰਨਾ ਹੈ ਸੀ? ਇੱਥੇ ਨੌਕਰੀ ਕਰਦੇ ਹੋ? ਨੌਕਰੀ ਕਰਦੇ ਹਾਂ। ਕਿਹੜੇ ਸ਼ਹਿਰ ਦੇ ਹੋ? ਲਾਹੌਰ ਦੇ। ਤੁਸੀਂ ਕਿਹੜੇ ਸ਼ਹਿਰ ਦੇ ਹੋ? ਲਾਹੌਰ ਦੇ ਹੀ। ਤੁਸੀਂ ਕੱਪੜੇ ਦਾ ਕੰਮ ਕਰਦੇ? ਅੱਛਾ, ਵਾਵਾ ਇੱਥੇ ਮਤਲਬ ਬੁੱਢੀਆਂ ਆਉਂਦੀਆਂ ਜਾਂਦੀਆਂ ਸ਼ੋਪਿੰਗ ਕਰਦੀਆਂ ਵਾ, ਤੇ ਜ਼ਿਆਦਾ ਕੌਣ ਸਤਾਂਦਾ ਵਾ, ਮਰਦ ਸਤਾਂਦੇ ਜਾਂ ਬੁੱਢੀਆਂ? ਤੁਹਾਡੇ ਦਿਲ ਚ ਕਿਹਦੀ ਗੱਲ ਆਉਂਦੀ ਸਭ ਤੋਂ ਪਹਿਲੇ? ਨਹੀਂ, ਮੇਰੇ ਦਿਲ ਚ ਆਉਂਦੀ ਨਹੀਂ ਕੋਈ ਗੱਲ। ਸਾਨੂੰ ਬੋਲਣ ਦਾ ਮੌਕਾ ਹੀ ਨੀ ਦੇ ਰਹੇ ਤੁਸੀਂ। ਅੱਛਾ ਚਲੋ, ਕੀ ਕਿਹਾ? ਮੈਂ ਕਿਹਾ ਐਡੀ ਗਰਮੀ ਚ ਐਡਾ ਤੇਜ਼ ਕਲਰ ਪਾਇਆ ਤੁਸੀਂ, ਅੱਖਾਂ ਨੂੰ ਪਵਾ ਮੈਂ ਡਾਇਰੈਕਟ ਹੈ। ਅੱਜ ਚਲੋ ਮੈਨੂੰ ਇਹ ਦੱਸੋ ਕਿ ਪੰਜਾਬੀ ਵਿੱਚ ਸ਼ਲਵਾਰ ਕਮੀਜ਼ ਨੂੰ ਕੀ ਕਹਿੰਦੇ ਆ? ਕੱਪੜੇ ਦਾ ਕੰਮ ਆਣਾ? ਝੱਗਾ ਪਜਾਮਾ। ਪੂਰਾ ਨਹੀਂ ਦੱਸਿਆ, ਤੁਸੀਂ ਦੱਸੋ। ਤੁਸੀਂ ਦੱਸ ਦਿਓ, ਮੈਂ ਤੇ ਦੱਸਾਂਗੀ ਪ੍ਰੋਗਰਾਮ ਦੇ ਐਂਡ ਤੇ। ਸ਼ਲਵਾਰ ਕਮੀਜ਼ ਨੂੰ ਸ਼ਲਵਾਰ ਕਮੀਜ਼ ਹੀ ਕਹਿੰਦੇ, ਨਹੀਂ ਤੇ ਧੋਤੀ ਪਜਾਮਾ ਕਹਿ ਲਓ ਤੁਸੀਂ। ਨਹੀਂ, ਝੱਗਾ ਕਹੀਦਾ। ਝੱਗਾ ਨਹੀਂ, ਕੁਰਤਾ ਪਜਾਮਾ ਕਹਿ ਲਓ, ਲਾਚਾ ਪਜਾਮਾ ਕਹਿ ਲਓ, ਸੁੱਥਣ ਕੁਰਤਾ ਕਹਿ ਲਓ, ਕੋਈ ਹੁਣ ਘੀਆ ਚੋਲ ਕਹਿ ਲਓ, ਹੁਣ ਜੋ ਮਰਜ਼ੀ। ਸਿਰਫ ਟੇਮ ਉਹ ਸਾਹ ਲੈ ਲਾ ਕੀ ਆ। ਅੱਛਾ ਮੈਨੂੰ ਇਹ ਦੱਸੋ, ਝੱਗਾ ਕਹੀਦਾ?
ਪੜਾਈ ਪੜੂਈ ਕਿੰਨੀ ਕੀਤੀ? ਤੁਹਾਡੀ ਉਮਰ ਹੀ ਪੜਾਈ ਵਾਲੀ ਆ। ਅਸੀਂ ਪੜਦੇ ਤੇ ਇੱਥੇ ਆਣਾ ਸੀ, ਪੜਾਈ ਵੱਲ ਧਿਆਨ ਨਹੀਂ ਨਾ ਸੀ? ਨਹੀਂ। ਕਿੱਧਰ ਸੀ ਧਿਆਨ? ਧਿਆਨ ਬਸ ਹੈ ਹੀ ਇੱਕ ਸਾਈਡ ਤੇ, ਛੱਤ ਤੇ ਬਹੁਤ ਚੜਦਾ ਜੀ। ਕਿੱਧਰ ਸੀ? ਬਸ ਹੈ ਸੀ ਇੱਕ ਸਾਈਡ, ਮੱਲੇ ਮੱਲੇ ਚ? ਨਹੀਂ ਸਕੂਲ ਦੇ ਵਿੱਚ ਹੀ ਸੀ। ਸਕੂਲ ਦੇ ਵਿੱਚ? ਤੇ ਫੇਰ ਤੇ ਸਕੂਲ ਛੱਡਣਾ ਹੀ ਨਹੀਂ ਸੀ ਚਾਹੀਦਾ। ਲੇਕਿਨ ਹੁਣ ਘਰ ਵਾਲਿਆਂ ਨੇ ਜਦੋਂ ਸ਼ਿਕਾਇਤਾਂ ਆਉਣ ਲੱਗ ਗਈਆਂ ਤਾਂ ਛਡਵਾਉਣਾ ਸੀ। ਬਾਜ਼ ਨਹੀਂ ਸੀ ਆਂਦਾ ਹੈ। ਤੇ ਲਵ ਮੈਰਿਜ ਕਰਾਣੀ ਹੈ ਜਾਂ ਅਰੇਂਜ? ਇਹ ਤੇ ਹੁਣ ਘਰ ਵਾਲਿਆਂ ਨੂੰ ਪਤਾ। ਇਹ ਆ ਵੀ ਸੋਚਿਆ ਹੀ ਹੁੰਦਾ ਬੰਦੇ ਨੇ। ਨਹੀਂ ਘਰ ਜੇ ਅੱਜ ਤੁਸੀਂ ਇੰਟਰਵਿਊ ਬਾਪੂ ਨੇ ਵੇਲੇ ਨੇ ਘਰ ਵੜਨ ਦੇਣਾ। ਚਿੱਤਰ ਬਿਆਣੇ ਲੰਗਾ, ਚੱਲ ਪੁੱਤ ਬਾਹਰ ਵਿਆਹ ਕਰਾ ਕੇ ਆਈ। ਅੱਛਾ ਚਲੋ ਕੋਈ ਸ਼ੇਰ ਸੁਣਾ ਦੋ ਫਿਰ। ਕਿਹੜਾ ਕਿਹੜਾ ਆਂਦਾ ਹੋਵੇ? ਤੁਹਾਡੇ ਲਈ ਇੱਕ ਸ਼ੇਰ ਹੈ। ਕਹਿੰਦਾ ਮੂੰਹ ਜ਼ਬਾਨੀ ਨਾ ਜਿਤਾਤਾ ਕਿ ਮੁਹੱਬਤ ਕਿਆ ਹੈ, ਕਹਿੰਦਾ ਮੂੰਹ ਜ਼ਬਾਨੀ ਨਾ ਜਿਤਾਤਾ ਕਿ ਮੁਹੱਬਤ ਕਿਆ ਹੈ, ਮੈਂ ਤੁਝੇ ਕਰਕੇ ਦਿਖਾਤਾ ਕਿ ਮੁਹੱਬਤ ਕਿਆ ਹੈ। ਅਰੇ ਵਾਹ, ਤੁਮੇ ਸਮਝਾਤਾ ਤੁਮਾਰੀ ਮਿਸਾਲੇ ਦੇ ਕਰ, ਖੂਬ ਤੁਮੇ ਸਮਝਾਤਾ ਤੁਮਾਰੀ ਮਿਸਾਲੇ ਦੇ ਕਰ, ਕਾਸ਼ ਕਭੀ ਆਤਾ ਮੁਹੱਬਤ ਕਿਆ ਹੈ, ਕਾਸ਼ ਕਭੀ ਪੂਛਨੇ ਆਤਾ ਕਿ ਮੁਹੱਬਤ ਕਿਆ ਹੈ।